वाहे गुरु वाहे गुरु एक ओंकार सतगुर प्रसाद गौड़ी बावन अखरी महला पंजवां श्लोक गुरदेव माता गुरदेव पिता गुरदेव स्वामी परमेश्वरा गुरदेव सखा अज्ञान भंजन गुरदेव बंदप सहोदरा गुरदेव दाता हर नाम उपदेसै गुरदेव मंत निरोधरा गुरदेव शांत सत बुद्ध मूरत गुरदेव पारस परस्परा गुरदेव तीर्थ अमृत सरोवर गुर ज्ञान मजन अपरंपरा गुरदेव करता सब पाप हरता गुरदेव पतत पवित्र करा गुरदेव आद जुगाद जुग जुग गुरदेव मंत हर जप्यो दरा गुरदेव संगत प्रभ मेल कर कृपा हम मूड़ पापी जित लग तरा गुरदेव सतगुर पार ब्रह्म परमेश्वर गुरदेव नानक हर नमस्कारा गुरदेव सतगुर पार ब्रह्म परमेश्वर गुरदेव नानक हर नमस्कारा वाहिगुरु 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 गुरु दी परम प्यारी साध संगत जीओ आप जी ने इस श्लोक बड़ी श्रद्धा भावना ते प्यार दे नाल सरवण कीता है और साहिब श्री गुरु पंचम पातशाह जी गौड़ी बावन अखरी दे विच इस श्लोक का उच्चारण करते हैं और साहिब श्री गुरु ग्रंथ साहिब जी दे 250 अंग दे उपर यह श्लोक सुभायमान है तो साध संग जी इस श्लोक दे विच सानू पंचम पातशाह साहिब श्री गुरु अर्जन देव महाराज जी गुरदेव भाव गुरु जोड़ा है वो की कर्म करता है और गुरु है कौन असल दे विच असी जिनू गुरु कहने हैं वो गुरु कौन है संसार दे विच लोक आजकल अमूमन देखी दा के पखंडियां नू गुरु बनाई बैठे जेड़े पेख करके लोका नू लुटी जांदे आ पता नहीं लगता पर ओना नू वो लोग गुरु गुरु करके मतलब पखंडियां नू धारण कीता होया ओना ने ना ओना दा बेड़ा पार हुंदा ते ना ओना दे सिखां दा बेड़ा पार हुंदा गुरु साहब इत्थे सानू विशेष करके बहुत सोहने तरीके नाल ये दसदे आ कि भाई गुरु जिहड़ा है जिहनू असीं गुरु कहने आ वो कौन है गुरु साहब कहंदे आ ना गुरबाणी सानू कहंदी आ गुर परमेश्वर एको जान हुण असीं कई वारी गुरबाणी जो उपदेश करदी आ उन्हां दे भेदां नू समझदे नहीं आ वी गुरु साहब सानू की कह रहे आ असीं अपने मत दी मां भेडा चाल लग के जो लोग दस लोग कह दिंदे आ उवें जिकर असीं पिछे लग तुरदे आ गुरबाणी नूं नहीं सुनदे गुरबाणी दी मत नूं सरवण नहीं गुरबाणी दे चरणां 'च असीं बैठदे नहीं ते असीं सुणीए की ते सुणीए जे सुणीए तां मत आवे सुणदे ही नहीं असीं
ਤੋ ਹੁਣ ਇਹ ਸ਼ਬਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰ ਰਹੇ ਹੈ ਕਿ ਗੁਰਦੇਵ ਅਸਲ ਦੇ ਵਿੱਚ ਹੈ ਕੌਣ ਔਰ ਉਹ ਕੈਸੀ ਅਵਸਥਾ ਦਾ ਮਾਲਕ ਹੈ। ਗੁਰੂ ਸਾਹਿਬ ਕਹਿੰਦੇ ਆ ਸਲੋਕ ਦੇ ਵਿੱਚ, ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ। ਗੁਰੂ ਸਾਹਿਬ ਕਹਿੰਦੇ ਆ ਵੀ ਗੁਰੂ ਦੇਵ ਜਿਹਨੂੰ ਅਸੀਂ ਗੁਰੂ ਕਹਿੰਦੇ ਆ ਨਾ, ਉਹ ਗੁਰਦੇਵ ਐਸਾ ਹੈ ਕਿ ਜਿਵੇਂ ਮਾਤਾ ਸਾਡੀ ਪਾਲਣਾ ਕਰਦੀ ਹੈ ਨਾ ਸੰਸਾਰ ਦੇ ਵਿੱਚ, ਜਿਵੇਂ ਮਾਤਾ ਸਾਡੀ ਪਾਲਣਾ ਕਰਦੀ ਹੈ ਇਸੇ ਤਰ੍ਹਾਂ ਉਹ ਸੰਸਾਰ ਦੇ ਲੋਕਾਂ ਦੀ ਪਾਲਣਾ ਕਰਦਾ ਮਾਤਾ ਦੀ ਤਰ੍ਹਾਂ। ਗੁਰਦੇਵ ਜਿਸਨੂੰ ਅਸੀਂ ਕਹਿੰਦੇ ਹਾਂ ਉਹ ਸੰਸਾਰ ਦੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਗੁਰਦੇਵ ਹੈ। ਗੁਰੂ ਸਾਹਿਬ ਕਹਿੰਦੇ ਆ ਗੁਰਦੇਵ ਮਾਤਾ ਗੁਰਦੇਵ ਪਿਤਾ, ਤੇ ਫਿਰ ਗੁਰਦੇਵ ਸੰਸਾਰ ਦੇ ਵਿੱਚ ਜਿਵੇਂ ਪਿਤਾ ਸਾਡਾ ਫਰਜ਼ ਨਿਭਾਉਂਦਾ ਹੈ ਨਾ, ਇਵੇਂ ਜੇਕਰ ਉਹ ਪਰਮ ਪਿਤਾ ਪਰਮਾਤਮਾ ਵੀ ਗੁਰਦੇਵ ਜਿਹੜਾ ਹੈ ਉਹ ਸਾਡਾ ਪਿਤਾ ਦਾ ਸਰੂਪ ਜਿਹੜਾ ਹੈ ਨਾ, ਪਿਤਾ ਦੇ ਫਰਜ਼ ਜਿਹੜੇ ਆ ਉਹ ਸਾਰੇ ਨਿਭਾਉਂਦਾ ਹੈ। ਭਾਵ ਉਹ ਮਾਤਾ ਪਿਤਾ ਪਰਮੇਸ਼ਰ ਗੁਰ ਜਿਹੜਾ ਹੈ ਉਹ ਆਪ ਹੀ ਹੈ, ਤੇ ਸੰਸਾਰ ਦੇ ਵਿੱਚ ਸਾਡੇ ਜੇ ਮਾਤਾ ਪਿਤਾ ਨੂੰ ਅਸੀਂ ਪਰਮੇਸ਼ਰ ਦਾ ਸਰੂਪ ਧਿਆਨ ਕਰਕੇ ਉਹਨਾਂ ਦੀ ਸੇਵਾ ਕਰੀਏ ਨਾ, ਤੇ ਫਿਰ ਉਹ ਗੁਰ ਪਰਮੇਸ਼ਰ ਉਹ ਮਾਤਾ ਪਿਤਾ ਦੇ ਵਿੱਚ ਵੀ ਪ੍ਰਗਟ ਹੋ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਆ ਗੁਰਦੇਵ ਸਵਾਮੀ ਪਰਮੇਸ਼ਰਾ, ਤੇ ਗੁਰਦੇਵ ਜਿਹੜਾ ਹੈ ਨਾ ਜਿਸਨੂੰ ਅਸੀਂ ਗੁਰੂਦੇਵ ਕਹਿੰਦੇ ਹਾਂ ਗੁਰੂ ਕਹਿੰਦੇ ਹਾਂ, ਉਹ ਗੁਰੂ ਜਿਹੜਾ ਹੈ ਉਹ ਸਵਾਮੀ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਪਰਮੇਸ਼ਰਾ ਉਹ ਪਰਮੇਸ਼ਰ ਹੈ, ਪਰਮ ਈਸ਼ਰ ਹੈ, ਪਰਮ ਦਾ ਮਤਲਬ ਪਿਆਰਾ, ਸਭ ਨੂੰ ਪਿਆਰਾ ਹੈ, ਇਸ਼ਟ ਹੈ। ਤੋ ਇਸ ਤਰ੍ਹਾਂ ਜਿਸਨੂੰ ਅਸੀਂ ਗੁਰਦੇਵ ਕਹਿੰਦੇ ਹਾਂ ਨਾ, ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਮਾਤਾ ਵੀ ਹੈ, ਉਹ ਪਿਤਾ ਵੀ ਹੈ, ਔਰ ਉਹ ਸਵਾਮੀ ਵੀ ਹੈ, ਸਾਡਾ ਮਾਲਕ ਵੀ ਹੈ, ਔਰ ਉਹ ਜਿਹੜਾ ਹੈ ਪਰਮ ਇਸ਼ਟ ਪਿਆਰਾ ਵੀ ਹੈ, ਪਰਮ ਪਿਆਰਾ ਵੀ ਹੈ, ਸਾਡਾ ਪਰਮੇਸ਼ਰ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਗੁਰਦੇਵ ਸਖਾ ਅਗਿਆਨ ਪੰਜਨ ਗੁਰਦੇਵ ਬੰਦਪ ਸਹੋਦਰਾ। ਗੁਰੂਦੇਵ ਜਿਸ ਨੂੰ ਸੰਸਾਰ ਦੇ ਲੋਕ ਗੁਰੂ ਕਹਿੰਦੇ ਆ, ਗੁਰੂ ਗੁਰੂ, ਉਹ ਗੁਰੂ ਜਿਹੜਾ ਹੈ ਉਹ ਸਾਡਾ ਸਖਾ ਵੀ ਹੈ, ਸਾਡਾ ਮਿੱਤਰ ਬਣ ਕੇ ਵੀ ਸਾਡਾ ਸਹਾਰਾ ਬਣ ਜਾਂਦਾ ਹੈ। ਜਿਸ ਤਰ੍ਹਾਂ ਕ੍ਰਿਸ਼ਨ ਸਖਾ ਰੂਪ ਦੇ ਵਿੱਚ ਪ੍ਰਗਟ ਹੋਏ ਔਰ ਉਹ ਜਿੰਨੀਆਂ ਵੀ ਗੋਪੀਆਂ ਸੀ ਉਹਨਾਂ ਦਾ ਸਖਾ ਰੂਪ ਹੋ ਕੇ ਹੀ ਉਹਨਾਂ ਦਾ ਕਲਿਆਣ ਕੀਤਾ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਕਿ ਸਾਡੇ ਇਸ ਸੰਸਾਰ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਗੁਰੂ ਹੈ ਜੋ ਉਹ ਸਖਾ ਰੂਪ ਧਾਰਨ ਕਰਕੇ, ਭਾਵ ਸਖਾਈ ਰੂਪ, ਮਿੱਤਰ ਰੂਪ, ਮੀਤ ਰੂਪ ਧਾਰਨ ਕਰਕੇ ਉਹ ਸਾਡੇ ਅਗਿਆਨ ਦੇ ਜਿਹੜੇ ਅੰਧੇਰੇ ਦੇ ਜਿਹੜੇ ਪਰਦੇ ਹੁੰਦੇ ਹੈ ਉਹਨਾਂ ਨੂੰ ਭੰਜਨ ਕਰ ਦਿੰਦਾ, ਉਹਨਾਂ ਦਾ ਨਾਸ਼ ਕਰ ਦਿੰਦਾ, ਭਾਵ ਅਗਿਆਨ ਦਾ ਨਾਸ਼ ਕਰ ਦਿੰਦਾ ਹੈ। ਤੇ ਗੁਰਦੇਵ ਜਿਹੜਾ ਹੈ ਨਾ ਬੰਧਪ ਸਹੋਦਰਾ, ਗੁਰੂ ਸਾਹਿਬ ਕਹਿੰਦੇ ਆ ਵੀ ਉਹ ਬੰਧੂ ਰੂਪ ਹੋ ਕੇ, ਜਿਸ ਤਰ੍ਹਾਂ ਸਾਡੇ ਬੰਧੂ ਮਿੱਤਰ ਹੁੰਦੇ ਆ ਨਾ, ਮਿੱਤਰ ਪਿਆਰੇ ਹੁੰਦੇ ਆ, ਬੰਧੂ ਹੁੰਦੇ ਆ, ਇਸ ਤਰ੍ਹਾਂ ਦਾ ਸਰੂਪ ਧਾਰਨ ਕਰਕੇ ਵੀ ਉਹ ਪਰਮ ਪਿਤਾ ਪਰਮਾਤਮਾ ਜਿਹੜਾ ਸਾਡਾ ਸਹਾਈ ਹੁੰਦਾ। ਤੇ ਇਸ ਤਰ੍ਹਾਂ ਗੁਰੂ ਸਾਹਿਬ ਕਹਿ ਰਹੇ ਆ ਵੀ ਗੁਰਦੇਵ ਜਿਸਨੂੰ ਅਸੀਂ ਗੁਰੂ ਕਹਿੰਦੇ ਹਾਂ, ਭਾਵ ਗੁਰੂ ਦੀ ਬਹੁਤ ਮਹੱਤਤਾ ਹੈ ਗੁਰੂ ਸਾਹਿਬ ਕਹਿੰਦੇ, ਤੇ ਉਹ ਗੁਰੂ ਜਿਹੜਾ ਹੈ ਉਹ ਪਰਮੇਸ਼ਰ ਆਪ ਹੀ ਹੈ, ਉਹ ਸਾਡਾ ਸਖਾ ਵੀ ਬਣ ਜਾਂਦਾ ਹੈ, ਸਖਾ ਬਣ ਕੇ ਸਾਡੇ ਅਗਿਆਨ ਦੇ ਅੰਧੇਰੇ ਦੂਰ ਕਰ ਦਿੰਦਾ ਹੈ, ਉਹ ਸਾਡੇ ਬੰਧਪ ਜਿਸ ਤਰ੍ਹਾਂ ਬੰਧੂ ਭੈਣ ਭਰਾ ਹੋਰ ਮਿੱਤਰ ਹੁੰਦੇ ਆ ਇਸ ਤਰ੍ਹਾਂ ਵੀ ਬਣ ਕੇ, ਤੇ ਉਹ ਸਾਡੇ ਜੀਵਾਂ ਦਾ ਕਲਿਆਣ ਕਰ ਦਿੰਦਾ ਹੈ। ਜਿਸ ਤਰ੍ਹਾਂ ਜੇ ਅਸੀਂ ਦੇਖਿਆ ਜਾਵੇ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭੈਣ ਨਾਨਕੀ ਦਾ ਬੰਧਪ ਬਣ ਕੇ ਉਸ ਦਾ ਕਲਿਆਣ ਕੀਤਾ ਸੀ। ਹੋਰ ਬਹੁਤ ਸੰਸਾਰ ਦੇ ਵਿੱਚ ਉਦਾਹਰਨਾਂ ਆਉਂਦੀਆਂ ਜਿੱਥੇ ਸਖਾ ਰੂਪ ਬਣਿਆ ਪਰਮਾਤਮਾ ਗੁਰੂ, ਜਿੱਥੇ ਮਿੱਤਰ ਰੂਪ ਬਣਿਆ ਗੁਰੂ,
ਕਿਤੇ ਬੰਧਪ ਰੂਪ ਬਣਿਆ, ਕਿਤੇ ਦਾਸ ਰੂਪ ਵੀ ਬਣਿਆ, ਕਿਤੇ ਦਾਤਾ ਰੂਪ ਵੀ ਬਣਿਆ, ਦਾਨੀ ਰੂਪ ਵੀ ਬਣਿਆ, ਔਰ ਕਿਸੇ ਕਿਤੇ ਕਿਤੇ ਪਤਾ ਨਹੀਂ ਉਸਨੇ ਕਿੰਨੇ ਮਤਲਬ ਜਿਹੜੇ ਹੈ ਸਰੂਪ ਧਾਰਨ ਕਰਕੇ ਇਸ ਸੰਸਾਰ ਦਾ ਜਿਹੜਾ ਹੈ ਭਲਾ ਕਰਦਾ। ਤੇ ਇਹ ਸਾਰੇ ਸਰੂਪ ਜਿਹੜੇ ਆ ਅਸਲ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਹੀ ਗੁਰੂ ਹੈ। ਸ੍ਰਿਸ਼ਟੀ ਦੇ ਵਿੱਚ ਗੁਰੂ ਜਿਹੜਾ ਹੈ ਉਹ ਜੇ ਜੀਵਾਂ ਦਾ ਕਲਿਆਣ ਕਰਨ ਵਾਲਾ ਹੈ ਤੇ ਉਹ ਪਰਮ ਪਿਤਾ ਪਰਮਾਤਮਾ ਹੀ ਗੁਰੂ ਦਾ ਸਰੂਪ ਹੈ। ਤੇ ਹੁਣ ਇੱਥੇ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਆ, ਗੁਰਦੇਵ ਦਾਤਾ ਹਰ ਨਾਮ ਉਪਦੇਸ਼ੈ, ਗੁਰਦੇਵ ਮੰਤ ਨਿਰੋਦਰਾ। ਗੁਰਦੇਵ ਕਹਿੰਦੇ ਆ ਵੀ ਗੁਰੂ ਸਾਹਿਬ ਕਹਿੰਦੇ ਆ ਗੁਰਦੇਵ ਜਿਹੜਾ ਹੈ ਨਾ ਉਹ ਦਾਤਾ ਵੀ ਹੈ ਔਰ ਨਾ ਹਰ ਨਾਮ ਪਰਮਾਤਮਾ ਦਾ ਨਾਮ ਦਿੰਦਾ ਹੈ ਔਰ ਪਰਮਾਤਮਾ ਦਾ ਨਾਮ ਉਪਦੇਸ਼ ਕਰਕੇ ਜੀਵਾਂ ਦਾ ਕਲਿਆਣ ਕਰਦਾ। ਤੇ ਗੁਰੂ ਸਾਹਿਬ ਕਹਿੰਦੇ ਆ ਗੁਰਦੇਵ ਮੰਤ ਨਿਰੋਦਰਾ, ਤੇ ਗੁਰਦੇਵ ਜਿਹੜਾ ਹੈ ਨਾ ਉਸਦਾ ਮੰਤਰ ਜਿਹੜਾ ਹੈ ਜੋ ਭਾਵ ਸਾਨੂੰ ਸ਼ਬਦ ਦਿੰਦਾ ਹੈ ਜੋ ਨਾਮ ਦਿੰਦਾ ਹੈ ਉਹ ਨਿਰੋਦਰਾ ਹੈ, ਨਿਰੋਧ ਹੈ, ਭਾਵ ਦੁੱਖਾਂ ਕਸ਼ਟਾਂ ਦਾ ਨਿਰੋਧ ਕਰਨ ਵਾਲਾ ਹੈ, ਦੁੱਖਾਂ ਕਸ਼ਟਾਂ ਦਾ ਨਾਸ਼ ਕਰਨ ਵਾਲਾ ਹੈ, ਅਗਿਆਨ ਦਾ ਨਾਸ਼ ਕਰਨ ਵਾਲਾ ਹੈ। ਅੱਗੇ ਹੁਣ ਗੁਰੂ ਸਾਹਿਬ ਕਹਿੰਦੇ ਆ ਗੁਰਦੇਵ ਸਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ। ਤੇ ਗੁਰਦੇਵ ਜਿਹੜਾ ਹੈ ਨਾ ਗੁਰੂ ਸਰੂਪ ਜਿਹੜਾ ਹੈ ਉਹ ਸ਼ਾਂਤ ਸਰੂਪ ਹੈ, ਭਾਵ ਉਹ ਇੰਨਾ ਸ਼ਾਂਤ ਹੁੰਦਾ ਹੈ ਕਿ ਉਸ ਦੇ ਹਿਰਦੇ ਦੇ ਵਿੱਚ ਸਾਰੇ ਸੰਸਾਰ ਦੇ ਪ੍ਰਤੀ ਦਇਆ ਭਾਵਨਾ ਔਰ ਪਿਆਰ ਹੁੰਦਾ ਹੈ। ਸੱਤ ਹੁੰਦਾ ਹੈ, ਉਹ ਬੁੱਧ ਹੁੰਦੀ ਹੈ, ਉਸਦੇ ਬੁੱਧ ਮਤਲਬ ਜਿਹੜੀ ਹੈ ਸੱਤ ਬੁੱਧ ਦੀ, ਸੱਤ ਦੀ, ਸੱਚ ਦੀ, ਬੁੱਧੀ ਦੀ ਔਰ ਸ਼ਾਂਤੀ ਦੀ ਉਹ ਗੁਰਦੇਵ ਜਿਹੜਾ ਹੁੰਦਾ ਹੈ ਨਾ ਮੂਰਤ ਹੁੰਦਾ, ਭਾਵ ਸਹਿਜ ਸਰੂਪ ਦੇ ਵਿੱਚ ਹੁੰਦਾ ਹੈ, ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਦਾ, ਨਿਰਵੈਰ ਹੁੰਦਾ ਹੈ। ਗੁਰੂ ਸਾਹਿਬ ਨੇ ਸਾਨੂੰ ਜਪਜੀ ਸਾਹਿਬ ਦੇ ਆਰੰਭ ਦੇ ਵਿੱਚ ਵੀ ਇਹ ਪਰਮ ਪਿਤਾ ਪਰਮਾਤਮਾ ਦੀਆਂ ਔਰ ਗੁਰਦੇਵ ਜਿਸ ਨੂੰ ਪਰ ਕਿਉਂਕਿ ਪਰਮ ਪਿਤਾ ਪਰਮਾਤਮਾ ਔਰ ਗੁਰਦੇਵ ਇੱਕੋ ਹੀ ਚੀਜ਼ ਹੈ, ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸੈਭੰ ਗੁਰ ਪ੍ਰਸਾਦ। ਇਹ ਭਾਈ ਉਸ ਪਰਮ ਪਿਤਾ ਪਰਮਾਤਮਾ ਗੁਰਦੇਵ ਦੇ ਲਕਸ਼ਣ ਹੈ। ਉਹ ਗੁਰਦੇਵ ਜਿਹੜਾ ਹੈ ਉਹ ਨਿਰਵੈਰਾ ਹੁੰਦਾ ਹੈ, ਨਿਰਭਉ ਹੁੰਦਾ ਹੈ ਤੇ ਸ਼ਾਂਤ ਸਤ ਔਰ ਬੁੱਧੀ ਦੀ ਮੂਰਤ ਹੁੰਦਾ ਹੈ। ਔਰ ਗੁਰੂ ਸਾਹਿਬ ਕਹਿੰਦੇ ਆ ਵੀ ਗੁਰਦੇਵ ਜਿਹੜਾ ਹੁੰਦਾ ਨਾ ਉਹ ਪਾਰਸ ਪਰਸ ਪਰਾ, ਉਹ ਪਾਰਸ ਵੀ ਹੁੰਦਾ ਹੈ ਜਿਸ ਤੋਂ ਕਿਤੇ ਗੁਰੂਦੇਵ ਦੇ ਚਰਨਾਂ ਦਾ ਉਹ ਪਰਸਿਆ ਜਾਂਦਾ ਹੈ ਨਾ ਤੇ ਉਹ ਸਾਡਾ ਜੀਵਨ ਬਦਲ ਦਿੰਦਾ। ਜਿਵੇਂ ਪਾਰਸ ਨੂੰ ਅੱਠ ਧਾਤਾਂ ਹੁੰਦੀਆਂ ਜਦੋਂ ਕਿਤੇ ਛੁਆ ਦਿੱਤੀਆਂ ਜਾਂਦੀਆਂ ਨਾ ਤੇ ਪਾਰਸ ਨੂੰ ਕੋਈ ਵੀ ਧਾਤ ਛੁਆ ਦਿਓ ਤੇ ਉਹ ਕੰਚਨ ਬਣ ਜਾਂਦੀ ਹੈ, ਇਸੇ ਤਰ੍ਹਾਂ ਗੁਰਦੇਵ ਜਿਹੜਾ ਹੈ ਨਾ ਗੁਰੂਦੇਵ ਦੇ ਚਰਨਾਂ ਨੂੰ ਜਦੋਂ ਅਸੀਂ ਸ਼ਰਨਾਗਤ ਹੋ ਕੇ ਪਰਸ ਲਈਏ ਸੁੱਚੇ ਹਿਰਦੇ ਤੋਂ ਸੁੱਚੇ ਮਨ ਤੋਂ ਇਹ ਪਰਸਨਾ ਕਰੀਏ ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਪਾਰਸ ਸਰੂਪ ਹੋ ਕੇ ਸਾਡੇ ਜੀਵਨ ਦੇ ਵਿੱਚ ਵਰਤਦਾ ਹੈ ਔਰ ਸਾਡਾ ਜੀਵਨ ਬਦਲ ਦਿੰਦਾ। ਜਿਹੜਾ ਜੀਵਨ ਸਾਡਾ ਪਾਪ ਕਰਮਾਂ ਵੱਲ ਜਾ ਰਿਹਾ ਹੁੰਦਾ ਉਹ ਸਾਡਾ ਜੀਵਨ ਪਲਟ ਕੇ ਉਹ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਦਿੰਦਾ ਔਰ ਪਰਮਾਤਮਾ ਦੇ ਦਰਸ਼ਦਾਰੇ ਕਰਾ ਕੇ ਸੱਚਖੰਡ ਦੇ ਦੁਆਰੇ ਦਾ ਨਿਵਾਸ ਬਖਸ਼ ਦਿੰਦਾ ਹੈ। ਇਹ ਪਾਰਸ ਪਰਾ ਗੁਰੂ ਸਾਹਿਬ ਕਹਿੰਦੇ ਆ ਵੀ ਪਾਰਸ ਦੀ ਪਰਸਨ ਨਾਲ ਜਿਹੜੀ ਆ ਨਾ ਉਹ ਇਹ ਗੱਤ ਹੁੰਦੀ ਹੈ ਸਾਡੇ ਜੀਵਾਂ ਦੀ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰਾ। ਗੁਰੂ ਸਾਹਿਬ ਕਹਿੰਦੇ ਆ ਵੀ ਗੁਰੂਦੇਵ ਜਿਹੜਾ ਗੁਰੂ ਹੈ ਨਾ ਉਹ ਇੱਕ ਤੀਰਥ ਵੀ ਹੈ, ਗੁਰੂਦੇਵ ਹੀ ਤੀਰਥ ਹੈ। ਬਾਹਰ ਸੰਸਾਰ ਦੇ ਤੀਰਥ ਜਿਹੜੇ ਆ ਇਹ ਬਾਅਦ ਦੇ ਵਿੱਚ ਪ੍ਰਗਟ ਹੋਏ ਹੈ ਔਰ ਜਿਹੜਾ ਗੁਰੂਦੇਵ ਹੈ ਉਹ ਸਭ ਤੋਂ ਪਹਿਲਾਂ ਪ੍ਰਗਟ ਹੈ। ਇਸ ਕਰਕੇ ਉਹ ਸੰਸਾਰ ਦੇ ਤੀਰਥਾਂ ਦੀ ਬਜਾਏ ਜੇ ਗੁਰੂਦੇਵ ਦੀ ਅਸੀਂ ਤੀਰਥ ਇਸ਼ਨਾਨ ਕਰਦੇ ਹਾਂ, ਗੁਰੂਦੇਵ ਦੇ ਨਾਮ ਸਿਮਰਨ ਦਾ ਤੀਰਥ ਕਰਕੇ ਅਸੀਂ ਮਲ ਮਲ ਨਾਮ ਨੂੰ ਤੇ ਆਪਣੇ ਅੰਤਰ ਆਤਮਾ ਨੂੰ ਧੋਣੇ ਹੈ ਤੇ ਸਾਡਾ ਕਲਿਆਣ ਹੋ ਜਾਂਦਾ ਗੁਰੂ ਸਾਹਿਬ ਕਹਿੰਦੇ ਹੈ। ਤੇ ਇਹ ਅੰਮ੍ਰਿਤ ਦਾ ਸਰੂਪ ਵੀ ਹੈ, ਇਹਦਾ ਨਾਮ ਜਿਹੜਾ ਹੈ ਉਹ ਅੰਮ੍ਰਿਤ ਦਾ, ਜੋ ਗੁਰੂ ਨਾਮ ਸਾਨੂੰ ਦਿੰਦਾ ਹੈ ਨਾ ਉਹ ਅੰਮ੍ਰਿਤ ਸਰੂਪ ਹੈ।
ਤੇ ਇਹ ਗੁਰਦੇਵ ਜਿਹੜਾ ਹੈ ਨਾ ਅੰਮ੍ਰਿਤ ਦਾ ਸਰੋਵਰ ਹੈ, ਕਦੇ ਵੀ ਇਹਦਾ ਅੰਮ੍ਰਿਤ ਨਾਮ ਜਿਹੜਾ ਉਹ ਖਤਮ ਨਹੀਂ ਹੁੰਦਾ, ਉਹ ਚਾਰ ਯੁਗਾਂ ਤੱਕ ਚੱਲਦਾ ਰਹਿੰਦਾ ਹੈ। ਜਿਸ ਵੀ ਆਤਮਾ ਨੂੰ ਗੁਰੂ ਦੇਵ ਨੇ, ਪਰਮ ਪਿਤਾ ਪਰਮਾਤਮਾ ਨੇ ਇੱਕ ਵਾਰੀ ਨਾਮ ਬਖਸ਼ ਦਿੱਤਾ, ਉਹ ਸਾਰੇ ਜੀਵਨ ਦੇ ਵਿੱਚ ਔਰ ਉਸ ਤੋਂ ਬਾਅਦ ਸਾਰੇ ਯੁਗਾਂ ਦੇ ਵਿੱਚ ਜੁਗੋ ਜੁਗ ਅਟਲ, ਚਾਰ ਯੁਗਾਂ ਤਿਕਰ ਅਮਰ ਹੈ। ਔਰ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਨਾਮ ਜਿਹੜਾ ਜੁਗੋ ਜੁਗ ਅਟਲ ਹੈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਇਹ ਗੁਰੂ ਦਾ ਗਿਆਨ ਜਿਹੜਾ ਹੈ ਨਾ, ਗੁਰੂ ਗਿਆਨ ਦਾ ਸਰੋਵਰ ਵੀ ਹੈ, ਗਿਆਨ ਬਖਸ਼ਣ ਹਾਰਾ ਹੈ। ਔਰ ਇਹ ਗਿਆਨ ਦਾ ਮਜਨ ਕੀਤਿਆਂ ਜਦੋਂ ਨਾਮ ਦਾ ਸਿਮਰਨ ਕਰਦੇ ਆ ਨਾ, ਮਜਨ ਕਹਿੰਦੇ ਆ ਸਿਮਰਨ ਕਰਨ ਨੂੰ, ਮੰਥਨ ਕਰਨ ਨੂੰ। ਤੇ ਇਹ ਜਦੋਂ ਅਸੀਂ ਨਾਮ ਦਾ ਮੰਥਨ ਕਰਦੇ ਆ ਨਾ, ਅਪਰੰਪਰਾ ਭਾਵ ਲਗਾਤਾਰ ਕੋਈ ਪਰੰਪਰਾ ਨਹੀਂ ਰਹਿੰਦੀ, ਉਸ ਅਪਰੰਪਰ ਪਰਬ੍ਰਹਮ ਦਾ ਜਦੋਂ ਨਾਮ ਸਿਮਰਨ ਕਰਦੇ ਆ, ਤੇ ਉਦੋਂ ਇਹ ਗਿਆਨ ਦਾ ਮਜਨ ਜਿਹੜਾ ਹੈ ਨਾ, ਉਹ ਗੁਰੂ ਵੱਲੋਂ ਸਾਨੂੰ ਪ੍ਰਾਪਤ ਹੋ ਜਾਂਦਾ ਔਰ ਗੁਰੂ ਬਖਸ਼ਿਸ਼ ਕਰਦਾ ਹੈ, ਇਹ ਗਿਆਨ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਗੁਰ ਗਿਆਨ ਮਜਨ ਅਪਰੰਪਰਾ, ਗੁਰੂ ਦੇ ਗਿਆਨ ਦੇ ਮਜਨ ਨਿਯਮ ਨਾਮ ਸਿਮਰਨ ਕਰਨ ਨਾਲ ਉਹ ਪਰੰਪਰ ਪਰਮ ਪਿਤਾ ਪਰਮਾਤਮਾ ਜਿਹੜਾ ਉਹ ਪ੍ਰਾਪਤ ਹੋ ਜਾਂਦਾ। ਅੱਗੇ ਗੁਰੂ ਸਾਹਿਬ ਕਹਿੰਦੇ ਆ ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਤ ਪਵਿੱਤ ਕਰਾ। ਇਹ ਗੁਰੂ ਜਿਹੜਾ ਹੈ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੀ ਅੱਜ ਗੁਰੂ ਦੀ ਪਦਵੀ ਮਿਲੀ ਹੋਈ ਹੈ, ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਈ ਜਿੱਥੇ 10 ਗੁਰੂ ਸਾਹਿਬਾਨ ਦੀ ਜੋਤ ਹੈ, ਉੱਥੇ ਉਹ ਪਰਮ ਪਿਤਾ ਪਰਮਾਤਮਾ ਦੀ ਜੋਤ ਵੀ ਬਿਰਾਜਮਾਨ ਹੈ। ਇਸ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਦੀ ਪਦਵੀ ਪ੍ਰਾਪਤ ਹੋਈ। ਗੁਰੂ ਸਾਹਿਬ ਕਹਿੰਦੇ ਆ ਪੋਥੀ ਪਰਮੇਸ਼ਰ ਕਾ ਥਾਨ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਪਰਮੇਸ਼ਰ ਦਾ ਸਥਾਨ ਹੈ। ਤੇ ਇੱਥੇ ਗੁਰੂ ਸਾਹਿਬ ਇਹੀ ਸਾਨੂੰ ਬਖਸ਼ਿਸ਼ ਕਰਦੇ ਆ ਭਾਈ, ਗੁਰਦੇਵ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਦੇ ਕਰਮ ਕਰਤਾ ਹੈ ਕਿ ਉਹ ਅੰਮ੍ਰਿਤ ਵੀ ਬਖਸ਼ ਦਿੰਦਾ, ਉਹ ਤੀਰਥ ਸਥਾਨ ਵੀ ਹੈ, ਉਹ ਗੁਰ ਦਾ ਗਿਆਨ ਜਿਹੜਾ ਹੈ ਪ੍ਰਕਾਸ਼ ਕਰਦਾ ਹੈ। ਨਾਮ ਸਿਮਰਨ ਕਰਿਆ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਇਹ ਗੁਰੂ ਦੀ ਵਡਿਆਈ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤ ਪਵਿੱਤ ਕਰਾ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਗੁਰੂ ਜਿਹੜਾ ਹੈ ਨਾ, ਇਹ ਕਰਤਾ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੀ ਇਹ ਗੁਰੂ ਹੈ, ਜਿਸ ਨੂੰ ਅਸੀਂ ਗੁਰੂ ਕਹਿੰਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਕਹਿੰਦੇ ਆ। ਗੁਰੂ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਕਤੀ ਹੈ ਕਿ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸਾਰੀ ਸ੍ਰਿਸ਼ਟੀ ਨੂੰ ਵਿਨਾਸ਼ਣ ਹਾਰਾ ਹੈ, ਸਾਰੀ ਸ੍ਰਿਸ਼ਟੀ ਨੂੰ ਪਾਲਣ ਹਾਰਾ ਹੈ, ਕਿਉਂਕਿ ਸ਼ਬਦ ਗੁਰੂ ਨੂੰ ਪਰਮ ਪਿਤਾ ਪਰਮਾਤਮਾ ਦੇ ਹੁਕਮ ਨਾਲ ਗੁਰਗੱਦੀ ਅੱਜ ਕਲਯੁਗ ਦੇ ਵਿੱਚ ਵਿਰਾਜਮਾਨ ਪ੍ਰਾਪਤ ਹੈ। ਤੋ ਇਸ ਕਰਕੇ ਅੱਜ ਗੁਰੂ ਗ੍ਰੰਥ ਸਾਹਿਬ ਹੀ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਔਰ ਗੁਰੂ ਗ੍ਰੰਥ ਸਾਹਿਬ ਹੀ ਸਾਰੇ ਪਾਪਾਂ ਦਾ ਹਰਤਾ ਹੈ। ਗੁਰੂ ਸਾਹਿਬ ਕਹਿੰਦੇ ਪੰਚਮ ਪਾਤਸ਼ਾਹੀ ਸਾਨੂੰ ਇਹ ਬਖਸ਼ਿਸ਼ ਕਰ ਰਹੇ ਹੈ ਕਿ ਭਾਈ ਜਿਸ ਨੂੰ ਅਸੀਂ ਗੁਰੂ ਕਹਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਅੱਜ ਅਸੀਂ ਗੁਰੂ ਕਹਿੰਦੇ ਹਾਂ, ਤੇ ਗੁਰੂ ਦੀ ਪਦਵੀ ਇਹੀ ਹੈ ਕਿ ਗੁਰੂ ਜਿਹੜਾ ਹੈ ਨਾ ਉਹ ਆਪ ਹੀ ਪਰਮੇਸ਼ਰ ਗੁਰੂ ਹੈ ਸਾਰੀ ਸ੍ਰਿਸ਼ਟੀ ਦਾ। ਕਿਸੇ ਇਸੇ ਕਰਕੇ ਵਰਜਿਤ ਕੀਤਾ ਗਿਆ ਕਿ ਭਾਈ ਕਿਸੇ ਦੇਹ ਨੂੰ ਗੁਰੂ ਨਾ ਮੰਨੋ, ਸ਼ਬਦ ਨੂੰ ਗੁਰੂ ਮੰਨੋ। ਤੇ ਇਹ ਸ਼ਬਦ ਗੁਰੂ ਜਿਹੜਾ ਹੈ ਇਹ ਸਾਰੀ ਸ੍ਰਿਸ਼ਟੀ ਦਾ ਪਾਪ ਹਰਤਾ ਹੈ, ਸਾਰੇ ਪਾਪਾਂ ਨੂੰ ਹਰ ਲੈਣ ਵਾਲਾ ਹੈ, ਹਰੀ ਹੈ, ਪਰਮਾਤਮਾ ਹੈ। ਤੇ ਗੁਰਦੇਵ ਪਤਿਤ ਪਵਿੱਤ ਕਰਾ, ਤੇ ਗੁਰਦੇਵ ਇਹ ਗੁਰੂ ਜਿਹੜਾ ਹੈ ਇਹ ਜਿਹੜੇ ਪਤਿਤ ਹੋ ਜਾਂਦੇ ਆ, ਅਪਰਾਧੀ ਹੋ ਜਾਂਦੇ ਆ, ਮਲੀਨ ਹੋ ਜਾਂਦੇ ਆ ਪਾਪ ਕਰਮਾਂ ਦੇ ਵਿੱਚ, ਪਤਿਤ ਹੋਏ ਜੀਵਾਂ ਨੂੰ ਵੀ ਪਵਿੱਤਰ ਕਰਨ ਦਾ ਸਮਰੱਥਾ ਰੱਖਦਾ ਹੈ। ਇਹ ਗੁਰਦੇਵ ਪਵਿੱਤਰ ਜੀਵਾਂ ਨੂੰ ਵੀ, ਕੋਟ ਅਪਰਾਧੀਆਂ ਨੂੰ ਵੀ ਬਖਸ਼ ਕੇ ਕਲਿਆਣ ਕਰ ਦਿੰਦਾ, ਸੱਚ ਦੇ ਮਾਰਗ ਤੇ ਲਾ ਦਿੰਦਾ। ਗੁਰੂ ਸਾਹਿਬ ਕਹਿੰਦੇ ਆ ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ। ਗੁਰੂ ਸਾਹਿਬ ਕਹਿੰਦੇ ਆ ਗੁਰਦੇਵ ਜਿਹੜਾ ਹੈ ਨਾ ਉਹ ਆਦ ਜੁਗਾਦ ਭਾਵ ਜੁਗਾਂ ਤੋਂ ਵੀ ਪਹਿਲੇ ਦਾ, ਜਦੋਂ ਸ੍ਰਿਸ਼ਟੀ ਨਹੀਂ ਸਾਜੀ ਗਈ ਸੀ, ਇਹ ਗੁਰੂ ਜਿਸ ਨੂੰ ਅਸੀਂ ਕਹਿੰਦੇ ਆ ਨਾ, ਇਹ ਗੁਰਦੇਵ ਉਦੋਂ ਵੀ ਪਹਿਲਾਂ ਦਾ ਹੈ। ਆਦ ਜੁਗਾਦ ਭਾਵ ਯੁੱਗਾਂ ਦੇ
ਸ਼ੁਰੂ ਹੋਣ ਤੋਂ ਪਹਿਲਾਂ। ਔਰ ਗੁਰੂ ਸਾਹਿਬ ਕਹਿੰਦੇ ਆ ਕਿ ਯੁੱਗ ਯੁੱਗ ਸਾਰੇ ਯੁੱਗਾਂ ਦੇ ਵਿੱਚ ਔਰ ਸਾਰੇ ਯੁੱਗਾਂ ਦੇ ਅਖੀਰ ਦੇ ਵਿੱਚ, ਇਹੀ ਕਾਰਨ ਹੈ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਕਹਿੰਦੇ ਹਾਂ। ਅੱਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ ਜੁਗ ਅਟਲ ਗੁਰੂ ਪਦਵੀ ਮਿਲੀ ਹੋਈ ਹੈ। ਇਹੀ ਕਾਰਨ ਗੁਰੂ ਸਾਹਿਬ ਸਾਨੂੰ ਦੱਸ ਰਹੇ ਆ ਕਿ ਗੁਰੂ ਸਾਹਿਬ ਕਹਿੰਦੇ ਆ ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪਿਓ ਦਰਾ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਸ ਗੁਰੂ ਦਾ ਮੰਤਰ ਜਿਹੜਾ ਕੋਈ ਜਪਦਾ ਹੈ ਨਾ, ਉਹ ਹਰ ਜਪ ਨੂੰ ਕਰਕੇ ਭਾਵ ਪਰਮਾਤਮਾ ਦੇ ਨਾਮ ਨੂੰ ਜਪ ਕੇ ਉਹ ਉਸਦਾ ਉਧਾਰ ਹੋ ਜਾਂਦਾ ਹੈ, ਉਸਦਾ ਕਲਿਆਣ ਹੋ ਜਾਂਦਾ ਹੈ, ਉਸਦਾ ਆਵਾਗਮਨ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ, ਔਰ ਉਹ ਪਰਮ ਪਿਤਾ ਪਰਮਾਤਮਾ ਦੇ ਦਰਸਦਾਰੇ ਉਸ ਦਰਗਾਹ ਦੇ ਵਿੱਚ ਬੈਠਾ ਹੋਇਆ, ਪਰਮਾਤਮਾ ਦੇ ਸਥਾਨ ਤੇ ਬੈਠਾ ਹੋਇਆ, ਪਰਮ ਪਿਤਾ ਪਰਮਾਤਮਾ ਦੇ ਦਰਸਦਾਰੇ ਕਰਦਾ ਰਹਿੰਦਾ, ਪਰਮਾਤਮਾ ਦੇ ਮਹਿਲ ਦੇ ਵਿੱਚ ਉਸਦਾ ਵਾਸ ਹੋ ਜਾਂਦਾ ਹੈ। ਹੁਣ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਆ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ। ਹੁਣ ਗੁਰੂ ਸਾਹਿਬ ਪੰਚਮ ਪਾਤਸ਼ਾਹ ਜੀ ਇੱਥੇ ਇਹ ਪਰਮਾਤਮਾ ਨੂੰ, ਉਸ ਗੁਰੂ ਦੇਵ ਨੂੰ ਜਿਹੜਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਗੁਰੂ ਸੀ, ਜਿਹੜਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੀ ਗੁਰੂ ਸੀ, ਉਸ ਗੁਰੂ ਦੇਵ ਨੂੰ ਪੰਚਮ ਪਾਤਸ਼ਾਹ ਜੀ ਬੇਨਤੀ ਲਗਾ ਰਹੇ ਹੈ। ਕੀ ਲਾਉਂਦੇ ਹੈ? ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ। ਹੇ ਗੁਰੂ ਦੇਵ, ਪਰਮਾਤਮਾ ਦੀ ਸੰਗਤ ਦੇ ਵਿੱਚ, ਪ੍ਰਭੂ ਦੀ ਸੰਗਤ ਦੇ ਵਿੱਚ ਮੇਲ, ਸਾਡੇ ਤੇ ਇਹ ਕਿਰਪਾ ਕਰ ਕਿ ਤੂੰ ਸਾਨੂੰ ਉਸ ਪਰਮ ਪਿਤਾ ਪਰਮਾਤਮਾ ਦੀ ਸੰਗਤ ਦੇ ਵਿੱਚ ਮੇਲ ਲੈ, ਸੰਗਤ ਦੇ ਵਿੱਚ ਸਾਨੂੰ ਪਰਮਾਤਮਾ ਦੇ ਦਰਸਦਾਰੇ ਕਰਾ ਦੇ। ਤੇ ਫਿਰ ਗੁਰੂ ਸਾਹਿਬ ਕੀ ਕਹਿੰਦੇ ਆ ਕਿ ਹਮ ਮੂੜ ਪਾਪੀ ਜਿਤ ਲੱਗ ਤਰਾ। ਅਸੀਂ ਜਿਹੜੇ ਮੂਰਖ ਲੋਕ ਹਾਂ, ਗਿਆਨੀ ਲੋਕ ਹਾਂ, ਜਿਹੜੇ ਪਾਪਾਂ ਕਰਮਾਂ ਦੇ ਵਿੱਚ ਫਸੇ ਹੋਏ ਹਾਂ, ਤੇ ਜਿਹੜੇ ਇਹ ਉਸ ਪਰਮ ਪਿਤਾ ਪਰਮਾਤਮਾ ਦੀ ਸੰਗਤ ਦੇ ਵਿੱਚ ਮਿਲ ਕੇ, ਸੰਗਤ ਦੇ ਨਾਲ ਜੁੜ ਕੇ, ਜਿਹੜੇ ਇਸ ਤਰ੍ਹਾਂ ਨਾਲ ਲੱਗ ਕੇ ਪਰਮਾਤਮਾ ਦੇ ਤਰ ਜਾਈਏ, ਅਸੀਂ ਕਿਰਪਾ ਕਰਕੇ ਪਰਮ ਪਿਤਾ ਪਰਮਾਤਮਾ ਸਾਨੂੰ ਸੰਗਤ ਦੇ ਨਾਲ ਮੇਲ ਕੇ ਸਾਡੇ ਪਾਪੀਆਂ ਨੂੰ, ਮੂੜਿਆਂ ਨੂੰ, ਮੂਰਖਾਂ ਨੂੰ, ਔਰ ਐਸੇ ਐਸੇ ਜੋ ਅਸੀਂ ਪਾਪ ਕਰਮ ਕੀਤੇ ਹੋਏ ਆ ਉਹਨਾਂ ਤੋਂ ਅਸੀਂ ਛੁਟਕਾਰਾ ਪਾ ਕੇ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਦੇ ਸਿਮਰਨ ਦੇ ਵਿੱਚ ਲੱਗ ਕੇ ਅਸੀਂ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਦੁਆਰਾ ਇਸ ਭਵ ਸਾਗਰ ਤੋਂ, ਪਾਪਾਂ ਦੇ ਸਾਗਰ ਤੋਂ, ਦੁੱਖਾਂ ਦੇ ਸਾਗਰ ਤੋਂ ਅਸੀਂ ਪਾਰ ਹੋ ਜਾਈਏ। ਤੋ ਸਾਧ ਸੰਗਤ ਜੀ, ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਹੁਣ ਗੁਰੂ ਸਾਹਿਬ ਅਖੀਰ ਦੇ ਉੱਤੇ ਫਿਰ ਸਾਨੂੰ ਇਹ ਸਪਸ਼ਟ ਕਰ ਦਿੰਦੇ ਹੈ ਕਿ ਗੁਰਦੇਵ ਜਿਹੜਾ ਹੈ ਨਾ, ਉਹ ਸਤਿਗੁਰੂ ਸਰੂਪ ਹੈ, ਪਰਮਾਤਮਾ ਦਾ ਸਾਕਾਰ ਸਰੂਪ ਹੈ, ਭਾਵ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਆਕਾਰ ਰੂਪ ਧਾਰਨ ਕਰਕੇ। ਵੈਸੇ ਪਰਮਾਤਮਾ ਜੋਨੀ ਦੇ ਵਿੱਚ ਕਦੇ ਨਹੀਂ ਆਉਂਦਾ, ਨਾ ਉਹ ਜੰਮਦਾ ਹੈ, ਨਾ ਮਰਦਾ ਹੈ, ਨਾ ਉਹਦੀ ਕੋਈ ਸੂਰਤ ਹੈ, ਨਾ ਉਹਦੀ ਕੋਈ ਮੂਰਤ ਹੈ, ਨਾ ਉਹਦਾ ਕੋਈ ਰੰਗ ਹੈ, ਨਾ ਉਹਦਾ ਕੋਈ ਰੂਪ ਹੈ, ਨਾ ਉਹਦੀ ਕੋਈ ਰੇਖ ਹੈ। ਪਰ ਜਦੋਂ ਸੰਸਾਰ ਦੇ ਜੀਵਾਂ ਦਾ ਕਲਿਆਣ ਕਰਨਾ ਹੋਵੇ ਨਾ, ਤੇ ਉਦੋਂ ਕਿਸੇ ਆਕਾਰ ਨੂੰ ਧਾਰਨ ਕਰਕੇ ਉਹ ਪਰਮ ਪਿਤਾ ਪਰਮਾਤਮਾ ਇਸ ਸੰਸਾਰ ਦੇ ਵਿੱਚ ਸਾਕਾਰ ਰੂਪ ਹੋ ਕੇ, ਸਤਿਗੁਰੂ ਦਾ ਸਰੂਪ ਹੋ ਕੇ ਇਸ ਸੰਸਾਰ ਦੇ ਵਿੱਚ ਪ੍ਰਗਟ ਹੁੰਦਾ ਹੈ, ਤੇ ਉਸ ਸਤਿਗੁਰੂ ਨੂੰ ਹੀ ਸੰਸਾਰ ਦੇ ਲੋਕ ਜਿਹੜੇ ਹੈ ਗੁਰੂ ਦੇਵ ਕਹਿੰਦੇ। ਤੇ ਅੱਜ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਸਾਡੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਜੋ ਜੋਤ ਗੁਰੂ ਨਾਨਕ ਦੇਵ ਜੀ ਪਰਮਾਤਮਾ ਕੋਲੋਂ ਲੈ ਕੇ ਆਏ ਸੀ, ਉਹ ਦਸਾਂ ਗੁਰੂ ਸਾਹਿਬਾਨ ਦੇ ਕੋਲ ਹੁੰਦੀ ਹੋਈ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਬਿਰਾਜਮਾਨ ਹੋਈ ਨਾ ਜਦੋਂ, ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ, ਤੇ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪਰਮਾਤਮਾ ਦੇ ਹੁਕਮ ਨਾਲ ਇਹ ਜੋਤ ਜਿਹੜੀ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਪਦਵੀ ਬਖਸ਼ ਦਿੱਤੀ। ਪਰਮਾਤਮਾ ਦੇ ਹੁਕਮ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਪਦਵੀ ਦੇ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ, ਔਰ ਆਪ ਨਮਸਕਾਰ ਕਰਕੇ ਸੰਗਤਾਂ ਨੂੰ ਕਿਹਾ, ਭਾਈ ਤੁਸੀਂ ਨਮਸਕਾਰ ਕਰੋ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੋਂ ਬਾਅਦ ਤੁਹਾਡੇ ਗੁਰੂ ਹੈ। ਔਰ ਖਾਸ ਕਰਕੇ ਉਪਦੇਸ਼ ਕੀਤਾ ਕਿ ਅੱਜ ਤੋਂ ਬਾਅਦ ਕਿਸੇ ਦੇਹ ਨੂੰ ਗੁਰੂ ਨਹੀਂ ਮੰਨਣਾ, ਕਿਸੇ ਸਰੀਰ ਨੂੰ ਗੁਰੂ ਨਹੀਂ ਮੰਨਣਾ, ਗੁਰੂ ਜਿਹੜਾ ਹੈ ਉਹ ਪਰਮ ਪਰਮੇਤਾ, ਪਰਮ ਪਰਮੇਸ਼ਰ, ਪਰਮ ਪਿਤਾ ਪਰਮਾਤਮਾ ਆਪ ਹੀ ਗੁਰੂ ਹੈ ਸਾਰੀ ਸ੍ਰਿਸ਼ਟੀ ਦਾ, ਉਸ ਨੂੰ ਗੁਰੂ ਮੰਨਣਾ।
ਹੁਣ ਇੱਥੇ ਇਹੀ ਗੱਲ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਹੈ ਕਿ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ। ਉਹ ਗੁਰਦੇਵ ਜਿਹੜਾ ਗੁਰੂ ਹੈ ਨਾ ਉਹ ਸਤਿਗੁਰੂ ਸਰੂਪ ਹੈ ਔਰ ਗੁਰੂ ਸਾਹਿਬ ਕਹਿੰਦੇ ਆ ਉਹ ਪਾਰ ਬ੍ਰਹਮ ਸਰੂਪ ਹੈ। ਪਾਰ ਬ੍ਰਹਮ ਉਹ ਹੈ ਜਿਹੜਾ ਕਿ ਇੱਕੋ ਇੱਕ ਇਸ ਸ੍ਰਿਸ਼ਟੀ ਦੇ ਵਿੱਚ ਹੈ, ਉਸ ਦੇ ਨਾਲ ਦਾ ਹੋਰ ਕੋਈ ਨਹੀਂ ਹੈ, ਉਹ ਪਰਮ ਪਿਤਾ ਪਰਮਾਤਮਾ ਇੱਕੋ ਹੀ ਹੈ। ਇਸੇ ਕਰਕੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ ਗਿਆ ਨਾ ਤੇ ਪਰਮ ਪਿਤਾ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਇਹ ਆਦੇਸ਼ ਦਿੱਤਾ ਕਿ ਇਸ ਸੰਸਾਰ ਦੇ ਲੋਕਾਂ ਨੇ ਅਨੇਕਾਂ ਓਮ ਬਣਾ ਦਿੱਤੇ, ਅਨੇਕਾਂ ਪਰਮਾਤਮਾ ਦੇ ਨਾਮ ਰੱਖ ਲਏ, ਇਸ ਕਰਕੇ ਤੁਸੀਂ ਸੰਸਾਰ ਦੇ ਵਿੱਚ ਜਾ ਕੇ ਸਿਰਫ ਇੱਕ ਪਰਮ ਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਵਾਉਣਾ ਹੈ। ਸੰਸਾਰ ਦੇ ਵਿੱਚ ਪਹਿਲਾਂ ਜਿਹੜੇ ਜੋ ਲੋਕ ਜੋ ਸਭ ਯੁਗਾਂ ਦੇ ਵਿੱਚ ਜਾਂ ਤ੍ਰੇਤੇ ਦੇ ਵਿੱਚ ਜਾਂ ਦੁਆਪਰ ਦੇ ਵਿੱਚ ਸੀ ਨਾ, ਜਿੰਨੇ ਕੋਈ ਪਰਮਾਤਮਾ ਨੇ ਭੇਜੇ ਉਹਨਾਂ ਨੇ ਆਪਣੇ ਆਪਣੇ ਨਾਮ ਧਰ ਕੇ ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕਰ ਦਿੱਤਾ ਔਰ ਵਿੱਚ ਆਪਣੇ ਨਾਮ ਦੀ ਵਡਿਆਈ ਸ਼ੁਰੂ ਕਰ ਦਿੱਤੀ। ਤੇ ਫਿਰ ਗੁਰੂ ਸਾਹਿਬ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਵਿਸ਼ੇਸ਼ ਕਰਕੇ ਕਿਹਾ ਕਿ ਤੁਸੀਂ ਆਪਣੇ ਨਾਮ ਦੀ ਵਡਿਆਈ ਨਹੀਂ ਕਰਨੀ, ਸਿਰਫ ਮੇਰੇ ਨਾਮ ਦੀ ਵਡਿਆਈ ਕਰਨੀ ਹੈ ਔਰ ਸੰਸਾਰ ਨੂੰ ਇਹ ਵੀ ਸਮਝਾਉਣਾ ਹੈ ਕਿ ਪਰਮ ਪਿਤਾ ਪਰਮਾਤਮਾ ਜੋ ਸ੍ਰਿਸ਼ਟੀ ਦਾ ਕਰਤਾ ਹੈ ਉਹ ਇੱਕ ਹੀ ਹੈ, ਹੋਰ ਕੋਈ ਨਹੀਂ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਪਰਮ ਪਿਤਾ ਪਰਮਾਤਮਾ ਨੇ ਆਪਣਾ ਨਾਮ ਜੋ ਦੱਸਿਆ ਇੱਕ ਓਂਕਾਰ, ਕਿਉਂਕਿ ਪਹਿਲਾਂ ਸਿਰਫ ਓਮ ਚੱਲਦਾ ਸੀ, ਓਮ ਅਨੇਕਾਂ ਬਣਾ ਦਿੱਤੇ ਸੰਸਾਰ ਦੇ ਲੋਕਾਂ ਨੇ ਤੇ ਆਪਣਾ ਨਾਮ ਵਿੱਚ ਪੈਦਾ ਕਰਕੇ ਤੇ ਆਪਣੇ ਨਾਮ ਦੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ, ਪਰ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਇਹ ਗੱਲ ਕਹੀ ਕਿ ਮੈਂ ਇੱਕੋ ਹੀ ਹਾਂ, ਮੇਰੇ ਨਾਲ ਦਾ ਹੋਰ ਕੋਈ ਨਹੀਂ ਹੈ, ਜਿੰਨੇ ਵੀ ਇਹਨਾਂ ਨੇ ਅਨੇਕ ਬਣਾ ਰੱਖੇ ਹੈ ਸਭ ਭਰਮ ਹੈ, ਭੁਲੇਖਾ ਹੈ ਇਹਨਾਂ ਲੋਕਾਂ ਦਾ ਆਪਣਾ, ਤੇ ਤੁਸੀਂ ਜਾ ਕੇ ਇਹ ਸੰਸਾਰ ਦੇ ਲੋਕਾਂ ਨੂੰ ਇਹ ਪ੍ਰਗਟ ਕਰਨਾ ਹੈ, ਇਹ ਨਾਮ ਜਪਾਉਣਾ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਜੋ ਸ੍ਰਿਸ਼ਟੀ ਦਾ ਕਰਤਾ ਹੈ, ਜੋ ਸ੍ਰਿਸ਼ਟੀ ਦਾ ਪਾਲਣ ਹਾਰਾ ਹੈ, ਜੋ ਸ੍ਰਿਸ਼ਟੀ ਦਾ ਵਿਣਸਣ ਹਾਰਾ ਹੈ, ਜਿਸ ਦੇ ਹੱਥੇ ਵਿੱਚ ਸਾਰਾ ਕੁਛ ਕਰਮ ਹੈ ਸ੍ਰਿਸ਼ਟੀ ਦਾ, ਉਹ ਪਰਮ ਪਿਤਾ ਪਰਮਾਤਮਾ ਇੱਕੋ ਹੀ ਆ, ਉਹਦੇ ਨਾਲ ਦਾ ਹੋਰ ਕੋਈ ਨਹੀਂ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਨਾਮ ਅੰਮ੍ਰਿਤ ਬਖਸ਼ਿਆ ਨਾ ਪਰਮਾਤਮਾ ਨੇ ਗੁਰੂ ਰੂਪ ਧਾਰਨ ਕਰਕੇ, ਤੇ ਉਦੋਂ ਗੁਰੂ ਪਰਮ ਪਿਤਾ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਏਕਾ ਨਾਲ ਲਗਾ ਕੇ ਓਮ ਇੱਕ ਓਮਕਾਰ ਇਹ ਸ਼ਬਦ ਦਿੱਤਾ ਔਰ ਉਸ ਦੇ ਨਾਲ ਦਿੱਤਾ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇਹ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਸੱਚਖੰਡ ਦੇ ਵਿੱਚ ਗੁਰੂ ਰੂਪ ਧਾਰਨ ਲੱਗਿਆ, ਜਦੋਂ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਤੋਂ ਗੁਰੂ ਰੂਪ ਧਾਰਨ ਕੀਤਾ ਔਰ ਪਰਮਾਤਮਾ ਤੋਂ ਬਖਸ਼ਾਂ ਪ੍ਰਾਪਤ ਕੀਤੀਆਂ, ਉਦੋਂ ਗੁਰੂ ਸਾਹਿਬ ਨੇ ਇਹ ਜਿਹੜਾ ਨਾਮ ਸੀ ਨਾ ਗੁਰੂ ਨਾਨਕ ਦੇਵ ਜੀ ਨੂੰ ਇਹ ਕਹਿ ਕੇ ਦਿੱਤਾ ਕਿ ਭਾਈ ਇਹ ਗੁਰੂ ਦਾ ਪ੍ਰਸਾਦ ਹੈ, ਇਹ ਭਾਈ ਸੰਸਾਰ ਦੇ ਵਿੱਚ ਜਾ ਕੇ ਵਰਤਾਓ ਜਪਾਓ। ਤੇ ਫਿਰ ਗੁਰੂ ਸਾਹਿਬ ਨੇ ਇਸੇ ਕਰਕੇ ਨਾ ਗੁਰਪ੍ਰਸਾਦ ਤੋਂ ਬਾਅਦ ਲਿਖਿਆ ਜਪ ਆਦ ਸੱਚ ਜੁਗਾਰ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੇ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਆ ਕੇ ਫਿਰ ਇਸ ਸੰਸਾਰ ਦੇ ਲੋਕਾਂ ਨੂੰ ਇਹ ਜਪਾਇਆ ਭਾਈ ਇਹ ਜਪੋ, ਇਹ ਗੁਰੂ ਦਾ ਪ੍ਰਸਾਦ ਹੈ, ਇੱਕ ਓਂਕਾਰ ਤੁਸੀਂ ਭੁਲੇਖੇ 'ਚ ਨਾ ਰਹੋ ਕਿ ਕੋਈ ਪਰਮਾਤਮਾ ਬਹੁਤ ਹੈ, ਪਰਮਾਤਮਾ ਇੱਕੋ ਹੀ ਆ ਭਾਈ। ਇਸ ਕਰਕੇ ਗੁਰੂ ਸਾਹਿਬ ਨੇ ਜੋ ਨਾਮ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ ਸੀ ਉਹੀ ਲਿਆ ਕੇ ਜਪਜੀ ਸਾਹਿਬ ਦੇ ਅੱਗੇ ਮੂਲ ਮੰਤਰ ਦੇ ਔਰ ਗੁਰ ਮੰਤਰ ਦੇ ਰੂਪ ਦੇ ਵਿੱਚ ਪਰਮਾਤਮਾ ਦਾ ਜਿਹੜਾ ਵਡਿਆਈ ਸੀ, ਪਰਮਾਤਮਾ ਦਾ ਜਿਹੜਾ ਮੰਤਰ ਸੀ ਉਹ ਗੁਰੂ ਨਾਨਕ ਦੇਵ ਜੀ ਨੇ ਦਰਜ ਕਰ ਦਿੱਤਾ ਔਰ ਇਹ ਕਿਹਾ ਕਿ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਫਿਰ ਅੱਗੇ ਸੰਸਾਰ ਜਦੋਂ ਸੱਚਖੰਡ ਤੋਂ ਛੱਡ ਕੇ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਵਿੱਚ ਆਏ ਨਾ ਤੇ ਗੁਰੂ ਪਰਮ ਪਿਤਾ ਪਰਮਾਤਮਾ ਨੇ ਨਾਨਕ ਦੇਵ ਜੀ ਨੂੰ ਇਹ ਕਿਹਾ ਸੀ ਭਾਈ ਜਪ, ਇਸ ਦਾ ਜਪ ਕਰਨਾ, ਸੰਸਾਰ ਦੇ ਲੋਕਾਂ ਨੂੰ ਜਪ ਕਰਾਓ। ਤੇ ਫਿਰ ਜਦੋਂ ਸਵੇਈ ਨਦੀ ਦੇ ਵਿੱਚੋਂ ਨਿਕਲ ਕੇ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਲੋਕਾਂ ਦੇ ਮੁਖਾਤਬ ਹੋਏ ਨਾ ਤੇ ਆਉਂਦੇ ਹੀ ਉਹਨਾਂ ਨੇ ਕਿਹਾ ਭਾਈ ਜਪ, ਇਹ ਜਪ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ, ਸੰਸਾਰ ਨੂੰ ਕਿਹਾ ਭਾਈ ਜਪ। ਫਿਰ ਨਾਲ ਇਸ ਦੀ ਫਿਰ ਵਿਆਖਿਆ ਕਰ ਦਿੱਤੀ ਕੀ ਜਪ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹਨੇ ਗੁਰ ਮੰਤਰ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਨਾ ਵਿਚਾਰ ਕਰ ਕਰਕੇ
ਗੁਰੂ ਸਾਹਿਬ ਨੇ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਦਰਜ ਕੀਤੇ ਉਹ ਸਾਰੇ ਇੰਨੇ ਦੀ ਸਿਫਤ ਸਲਾਹ, ਇੰਨੇ ਹੀ ਮੰਤਰ ਦੀ ਵਡਿਆਈ ਹੈ, ਪਰਮਾਤਮਾ ਦੇ ਨਾਮ ਮੰਤਰ ਦੀ ਵਡਿਆਈ ਹੈ ਬਸ। ਤੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਇੱਥੇ ਹੁਣ ਸਾਨੂੰ ਸਪਸ਼ਟ ਕਰਦੇ ਆ ਗੁਰੂ। ਅੱਜ ਸੰਸਾਰ ਦੇ ਲੋਕ ਨਾ ਗੁਰੂ ਗ੍ਰੰਥ ਸਾਹਿਬ ਨੂੰ ਕਈ ਵਾਰੀ ਉਹਨਾਂ ਨੂੰ ਇਹ ਪਤਾ ਨਹੀਂ ਹੈ ਇਸ ਗੱਲ ਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਗੁਰਗੱਦੀ ਮਿਲੀ ਹੈ। ਤੇ ਉਹ ਇਸ ਕਰਕੇ ਕਈ ਵਾਰੀ ਭੁਲੇਖਿਆਂ ਦੇ ਵਿੱਚ ਕਹਿ ਦਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਤਾਂ ਜੀ ਅੱਖਰ ਲਿਖੇ ਹੋਏ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਆਪ ਪਰਮੇਸ਼ਰ ਬਿਰਾਜਮਾਨ ਹੈ। ਗੁਰੂ ਗ੍ਰੰਥ ਸਾਹਿਬ ਅੱਖਰਾਂ ਦਾ ਪੁਤਲਾ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਪਰਮਾਤਮਾ ਦੀ ਜੋਤ ਹੈ। ਤੇ ਅਸੀਂ ਭੁਲੇਖਿਆਂ ਦੇ ਵਿੱਚ ਫਿਰ ਪਾਪ ਕਰਮ ਕਰਦੇ ਰਹਿ ਜਾਂਦੇ ਹਾਂ, ਗੁਰੂ ਦੀ ਮੱਤ ਨੂੰ ਨਹੀਂ ਜਾਣਦੇ, ਔਰ ਗੁਰੂ ਦੀ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਆ ਕੇ ਵੀ ਅਸੀਂ ਪਾਪ ਕਰਮ ਕਰ ਲੈਂਦੇ। ਸੋ ਸਾਧ ਸੰਗਤ ਜੀ, ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਉਹ ਗੁਰੂ ਜਿਸ ਨੂੰ ਅਸੀਂ ਗੁਰੂ ਕਹਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ, ਉਹ ਸਤਿਗੁਰੂ ਹੈ, ਉਹ ਪਰਮੇਸ਼ਰ ਦਾ ਸਰੂਪ ਹੈ, ਪਰਮ ਈਸ਼ਰ ਹੈ, ਭਾਵ ਸਭ ਤੋਂ ਪਿਆਰਾ ਇਸ਼ਟ ਹੈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਪਾਰ ਬ੍ਰਹਮ ਵੀ ਹੈ। ਪਾਰ ਬ੍ਰਹਮ ਦਾ ਮਤਲਬ ਇਹ ਹੁੰਦਾ ਕਿ ਜਿਸ ਦਾ ਕੋਈ ਪਾਰ ਨਹੀਂ ਪਾ ਸਕਦਾ ਉਹ ਬ੍ਰਹਮ। ਬ੍ਰਹਮ ਜਿਹੜਾ ਹੈ ਪਰਮਾਤਮਾ ਦਾ ਨਾਮ ਹੈ, ਔਰ ਪਾਰ ਜਿਹੜਾ ਕਿ ਉਸਦਾ ਪਾਰ ਕੋਈ ਨਹੀਂ ਪਾ ਸਕਦਾ, ਇਸ ਕਰਕੇ ਉਹ ਪਾਰ ਇੱਕ ਹੀ ਹੈ। ਜੇ ਕੋਈ ਪਾਰ ਦੂਜਾ ਹੋਵੇ ਤਾਂ ਉਸਦਾ ਪਾਰ ਪਾਵੇ, ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਿ ਉਸਦੇ ਨਾਲ ਦਾ ਦੂਜਾ ਕੋਈ ਨਹੀਂ ਹੈ। ਉਹ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਹੈ ਉਹੀ ਗੁਰੂਦੇਵ ਹੈ, ਜਿਸ ਨੂੰ ਅਸੀਂ ਗੁਰੂ ਕਹਿੰਦੇ ਹਾਂ। ਸ੍ਰਿਸ਼ਟੀ ਦੇ ਵਿੱਚ ਗੁਰ ਪਰਮੇਸ਼ਰ ਇੱਕੋ ਜਾਣ, ਤੇ ਗੁਰੂ ਸਾਹਿਬ ਨੇ ਇਹੀ ਇਸ਼ਾਰਾ ਦਿੱਤਾ ਕਿ ਗੁਰ ਪਰਮੇਸ਼ਰ ਜਿਹੜਾ ਹੈ ਸ੍ਰਿਸ਼ਟੀ ਦੇ ਵਿੱਚ ਜਿਹੜਾ ਹੈ ਉਹ ਪਰਮੇਸ਼ਰ ਹੀ ਗੁਰੂ ਰੂਪ ਧਾਰਨ ਕਰਕੇ ਆਉਂਦਾ, ਸਤਿਗੁਰੂ ਰੂਪ ਧਾਰਨ ਕਰਕੇ ਆਉਂਦਾ। ਤੇ ਇਸ ਕਰਕੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਦੀ ਗੱਦੀ ਪ੍ਰਾਪਤ ਹੋਈ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਵੀ ਅੱਜ ਜਿਹੜਾ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਹੀ ਪਰਮੇਸ਼ਰ ਦੀ ਜੋਤ ਸਰੂਪ ਹੈ, ਗੁਰੂ ਗ੍ਰੰਥ ਸਾਹਿਬ ਹੀ ਸਭ ਕਰਤਾ ਹੈ, ਗੁਰੂ ਗ੍ਰੰਥ ਸਾਹਿਬ ਹੀ ਸਭ ਹਰਤਾ ਹੈ, ਗੁਰੂ ਗ੍ਰੰਥ ਸਾਹਿਬ ਹੀ ਸਭ ਭਰਤਾ ਹੈ, ਗੁਰੂ ਗ੍ਰੰਥ ਸਾਹਿਬ ਹੀ ਦਾਨਾ ਹੈ, ਗੁਰੂ ਗ੍ਰੰਥ ਸਾਹਿਬ ਹੀ ਜਿਹੜਾ ਹੈ ਕਲਿਆਣਾ ਹੈ। ਸੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਵੀ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਉਹ ਗੁਰੂਦੇਵ ਹੀ ਪਾਰ ਬ੍ਰਹਮ ਹੈ, ਪਰਮੇਸ਼ਰ ਹੈ। ਔਰ ਗੁਰੂ ਸਾਹਿਬ ਕਹਿੰਦੇ ਆ ਵੀ ਗੁਰਦੇਵ ਨਾਨਕ ਹਰ ਨਮਸਕਾਰਾ। ਤੇ ਫਿਰ ਪੰਚਮ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਦੇਵ ਜੀ ਉਸ ਗੁਰੂਦੇਵ ਨੂੰ ਜਿਸ ਦੀ ਕਿ ਗੁਰੂ ਸਾਹਿਬ ਨੇ ਇਹ ਵਿਆਖਿਆ ਕੀਤੀ ਹੈ, ਇਹ ਵਡਿਆਈ ਕੀਤੀ ਹੈ, ਇਹ ਗੁਣਾਂ ਦੀ ਵਿਚਾਰ ਕੀਤੀ ਹੈ, ਗੁਰੂ ਸਾਹਿਬ ਕਹਿੰਦੇ ਆ ਵੀ ਉਸ ਪੰਜਵੇਂ ਨਾਨਕ ਉਸ ਗੁਰੂਦੇਵ ਨੂੰ ਨਮਸਕਾਰ ਕਰਦੇ ਹੈ, ਜਿਹੜਾ ਗੁਰੂ ਨਾਨਕ ਦੇਵ ਜੀ ਦਾ ਗੁਰੂ ਸੀ, ਜਿਹੜਾ ਪੰਚਮ ਪਾਤਸ਼ਾਹ ਦਾ ਗੁਰੂ ਸੀ, ਉਸ ਗੁਰੂ ਨੂੰ ਗੁਰੂ ਸਾਹਿਬ ਨਮਸਕਾਰ ਕਰਦੇ ਹੈ। ਇਹ ਬਾਣੀ ਲਿਖਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਇਹ ਉਸ ਪਰਮਪਿਤਾ ਪਰਮਾਤਮਾ ਨੂੰ ਨਮਸਕਾਰ ਕੀਤੀ ਹੈ, ਉਸ ਦਾ ਅਦਬ ਕੀਤਾ ਹੈ, ਉਸਦੀ ਵਡਿਆਈ ਕੀਤੀ ਹੈ, ਔਰ ਉਸ ਤੋਂ ਬਾਅਦ ਜਿਹੜੀ ਹੈ ਨਾ ਇਹ ਬਾਣੀ ਸ਼ਲੋਕ ਦੇ ਰੂਪ ਦੇ ਵਿੱਚ ਗੌੜੀ 52 ਅੱਖਰੀ ਦੀ ਬਾਣੀ ਜਿਹੜੀ ਆ ਉਹ ਸ਼ੁਰੂ ਕੀਤੀ ਹੈ। ਸੋ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਗੁਰੂ ਨੂੰ, ਜੋ ਗੁਰੂਦੇਵ ਹੈ, ਸਾਰੀ ਸ੍ਰਿਸ਼ਟੀ ਦਾ ਗੁਰੂਦੇਵ ਹੈ, ਉਸ ਦੀ ਵਡਿਆਈ ਕੀਤੀ ਹੈ, ਉਸਦਾ ਮੰਗਲਾਚਾਰ ਕੀਤਾ ਹੈ। ਸੋ ਸਾਧ ਸੰਗਤ ਜੀ, ਇਸ ਸ਼ਬਦ ਦੇ ਵਿੱਚ, ਇਸ ਸਲੋਕ ਦੇ ਵਿੱਚ ਸਾਨੂੰ ਪੰਚਮ ਪਾਤਸ਼ਾਹ ਜੀ ਨੇ ਇਹੀ ਸਮਝਾਇਆ ਕਿ ਜਿਸ ਸੰਸਾਰ ਦੇ ਲੋਕੋ, ਸੰਸਾਰ ਦੇ ਵਿੱਚ ਅਨੇਕਾਂ ਗੁਰੂ ਨਹੀਂ ਹੈ, ਜਿਹੜੇ ਕੋਈ ਭੇਖ ਧਾਰਨ ਕਰਕੇ, ਪਖੰਡ ਧਾਰਨ ਕਰਕੇ, ਦੁਕਾਨਦਾਰੀਆਂ ਬਣਾ ਕੇ ਆਪਣੇ ਗੁਰੂ ਬਣਾਈ ਬੈਠੇ ਆ, ਉਹ ਅਸਲ ਗੁਰੂ ਨਹੀਂ ਹੈ। ਗੁਰੂ ਇੱਕ ਹੀ ਹੈ, ਪਰਮਪਿਤਾ ਪਰਮਾਤਮਾ ਹੈ, ਉਹੀ ਗੁਰ ਹੈ, ਉਹੀ ਪਰਮੇਸ਼ਰ ਹੈ। ਇਸ ਕਰਕੇ ਗੁਰੂ ਸਾਹਿਬ ਸੁਖਮਨੀ ਸਾਹਿਬ ਦੇ ਵਿੱਚ ਵੀ ਪੰਚਮ ਪਾਤਸ਼ਾਹ ਜੀ ਇਹੀ ਗੱਲ ਉਚਾਰਦੇ ਆ ਸਾਨੂੰ, ਗੁਰ ਪਰਮੇਸ਼ਰ ਏਕੋ ਜਾਣ। ਸਾਨੂੰ ਗੁਰੂ ਸਾਹਿਬ ਬਾਰ ਬਾਰ ਥਾਂ ਥਾਂ ਤੇ ਅਲੱਗ ਅਲੱਗ ਰੂਪਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਸਾਨੂੰ ਇਹ ਉਪਦੇਸ਼ ਕਰਦੇ ਆ, ਭਾਈ ਗੁਰ ਪਰਮੇਸ਼ਰ ਇੱਕੋ ਹੀ ਹੈ। ਗੁਰੂ ਸ੍ਰਿਸ਼ਟੀ ਦਾ ਜਿਹੜਾ ਹੈ ਉਹ ਸ਼ਬਦ ਗੁਰੂ, ਕਿਉਂਕਿ ਉਦੋਂ ਪਰਮਪਿਤਾ ਪਰਮਾਤਮਾ ਸ਼ਬਦ ਰੂਪ ਸੀ, ਸੁਨ ਸਮਾਧ ਦੇ ਵਿੱਚ ਬੈਠਾ ਹੋਇਆ ਜਿਹੜਾ ਸਭ ਤੋਂ ਪਹਿਲਾਂ ਪਰਮਪਿਤਾ ਪਰਮਾਤਮਾ ਸੀ, ਉਸ ਦਾ ਸਰੂਪ ਜਿਹੜਾ ਉਹ ਸ਼ਬਦ ਸਰੂਪ ਸੀ। ਇਸ ਕਰਕੇ ਇਹੀ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਰਾਜਮਾਨ ਹੋਇਆ ਹੈ, ਇਹੀ ਸ਼ਕਤੀ ਜੋਤ ਜਿਹੜੀ ਹੈ ਸੁਨ ਸਮਾਧ ਦੇ ਰੂਪ ਦੇ ਵਿੱਚ ਜਿਹੜੀ ਸੀ ਸ਼ਬਦ ਰੂਪ ਸ਼ਕਤੀ, ਉਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਰਾਜਮਾਨ ਅੱਜ ਗੁਰੂ ਦਾ ਰੂਪ ਧਾਰਨ ਕਰ ਰਹੀ ਹੈ, ਉਹੀ ਗੁਰੂ ਦੀਆਂ ਬਖਸ਼ਿਸ਼ਾਂ ਕਰ ਰਹੀ ਹੈ, ਉਹੀ ਗੁਰੂ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਜਿਹੜਾ ਹੈ ਪਾਪ ਕਰਤਾ ਜਿਹੜਾ ਹੈ, ਪਾਪ ਹਰਤਾ ਹੈ, ਸ੍ਰਿਸ਼ਟੀ ਕਰਤਾ ਹੈ, ਔਰ ਸੰਸਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਭਰਤਾ ਵੀ ਹੈ। ਯਾਨੀ ਸਾਰੀ ਸ੍ਰਿਸ਼ਟੀ ਦਾ
करता हरता भरता जिहड़ा उह परम पिता परमात्मा उही गुरुदेव है और वह अज साहिब श्री गुरु ग्रंथ साहिब दे विच विराजमान है और इसे करके गुरु ग्रंथ साहिब नूं सतगुरु की पदवी मिली हुई है, शब्द गुरु की पदवी मिली हुई। तो साध संगत जी इन्हीं विचारां करते हुए शमा दे जातक हाँ विचारां करदे हां, क्योंकि गुरबाणी जिहड़ी है बहुत गुराई गहराई वाली है, परमेश्वर दे भेद नूं कोई नहीं जाण सकदा गुरु साहिब कहिंदे है, पर जदों किते परम पिता परमात्मा किसी गुरु प्यारे नूं आप जना देवे ते फिर उही परमात्मा दा नाम सिमरन करदा है, उही परमात्मा दा जस करदा है, उही परमात्मा की वडियाई करदा। गुरु साहिब कहिंदे ना जिसनों तू जनाए है सोई जन जाना है, हर गुण साधी आख वगाण है। उही आत्मा जिहड़ी है परमात्मा दे नाम नूं सदा बख्यान करदी है जिसते गुरु की बख्शिश हो जाती। तो साध संगत जी इन्हीं विचारां करते हुए असी शमा दे जाचक हाँ, अनेक विचारां दे विच कमियां रह सकदियां क्योंकि समा थोड़ा हुंदा है और विचार नूं खोल के कई बार असी विचार बहुत दूर तक जाण वाली हुंदी है वह नहीं कर सकते, इस करके असी शमा दे जाचक हाँ। साध संगत जिहड़ी आ बख्शन योग है, वाहिगुरु अकाल पुरखे अंतरजामी आप बख्शन योग है, साहिब श्री गुरु ग्रंथ साहिब जी बख्शन योग है, बख्श लैण बख्श लैण। वाहिगुरु जी का खालसा वाहिगुरु जी की फतेह।